ਇਹ ਇੱਕ ਖਬਰ ਕਿਸਾਨ ਵੀਰਾਂ ਦੇ ਨਾਲ ਸੰਬੰਧਿਤ ਹੈ ਇਹਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਕਿਸਾਨ ਆਗੂਆਂ ਨੇ ਗੰਨੇ ਦੀ ਕੀਮਤ ਨੂੰ ਲੈ ਕੇ ਸਰਕਾਰ ਦੇ ਅੱਗੇ ਕਾਫੀ ਮੰਗਾਂ ਰੱਖੀਆਂ ਹਨ ਉਹਨਾਂ ਨੇ ਸਰਕਾਰ ਨੂੰ ਇੱਕ ਚੇਤਾਵਨੀ ਦਿੱਤੀ ਹੈ ਵੀ ਜੇ ਉਹਨਾਂ ਨਾਲ ਕੱਲ ਮੀਟਿੰਗ ਨਹੀਂ ਕੀਤੀ ਜਾਂਦੀ ਤਾਂ ਉਹ ਪੰਜਾਬ ਨੂੰ ਬੰਦ ਕਰਨਗੇ ਟੂਲ ਪਲਾਜ਼ਾ ਬੰਦ ਕਰਨਗੇ ਤੇ ਹੋਰ ਵੀ ਜਿਹੜੀਆਂ ਸਰਕਾਰੀ ਸੰਸਥਾਵਾਂ ਨੇ ਉਹਨਾਂ ਨੂੰ ਬੰਦ ਕਰਨਗੇ ਸੋ ਉਹਨਾਂ ਦੀ ਗੰਨੇ ਦੀ ਕੀਮਤ ਨੂੰ ਲੈ ਕੇ ਜਿਹੜੀਆਂ ਕੁਝ ਮੰਗਾਂ ਹੈਗੀਆਂ ਜੋ ਸਰਕਾਰ ਉਹਨੂੰ ਮੰਗਣ ਲਈ ਕਹਿ ਰਹੇ ਨੇ ਸੋ ਮੰਨਣ ਲਈ ਉਹਨਾਂ ਨੇ ਕੀ ਅੱਗੇ ਐਫਰਟਸ ਕੀਤੇ ਨੇ ਉਹ ਆਪਾਂ ਅਗਲੀ ਨਿਊਜ਼ ਦੇ ਵਿੱਚ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਸੇਕਾਰਤਾ ਮੰਤਰੀ ਸੁਖਜਿੰਦਰ ਸਿੰਘ ਰਧਾਵਾ ਨਾਲ ਅੱਜ ਗੰਨੇ ਦੇ ਭਾਅ ਬਾਰੇ ਇੱਥੇ ਹੋਈ 11 ਕਿਸਾਨੀਆਂ ਦੀ ਮੀਟਿੰਗ ਬੇਨਤੀਜਾ ਰਹੀ ਬੇਸ਼ੱਕ ਗੰਨੇ ਦੀ ਬਕਾਇਆ ਰਾਸ਼ੀ ਬਾਰੇ ਤਾਂ ਸਹਿਮਤੀ ਬਣ ਗਈ ਪਰ ਗੰਨੇ ਦੇ ਭਾਅ ਦਾ ਮਾਮਲਾ 2 ਦਿਨਾਂ ਲਈ ਹੋਰ ਲਟਕ ਗਿਆ ਹੈ ਕਿਸਾਨ ਆਗੂਆਂ ਦੀ ਚੇਤਾਵਨੀ ਨੇ ਪੰਜਾਬ ਸਰਕਾਰ ਨੂੰ ਪੈਰੋਂ ਕੱਢ ਦਿੱਤਾ ਹੈ ਜਿਸ ਕਰਕੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੰਨੇ ਦੇ ਭਾਅ ਤੇ ਕੋਈ ਨਵਾਂ ਐਲਾਨ ਕਰ ਸਕਦੇ ਹਨ ਮੰਗਲਵਾਰ ਨੂੰ ਮੀਟਿੰਗ ਮੁੱਖ ਮੰਤਰੀ ਨਾਲ ਹੋਵੇਗੀ ਅੱਜ ਪਹਿਲਾਂ ਕਿਸਾਨ ਭਵਨ ਵਿੱਚ 11 ਕਿਸਾਨ ਧਿਰਾਂ ਨੇ ਆਗੂਆਂ ਨੂੰ ਆਪਣੀ ਸਹਿਮਤੀ ਬਣਾਈ ਅਤੇ ਏਜੰਡਾ ਤੈਅ ਕੀਤਾ ਚਿੱਤੇ ਰਹੇ ਕਿ ਕਿਸਾਨ ਧਿਰਾਂ ਵੱਲੋਂ 20 ਅਗਸਤ ਤੋਂ ਜਲੰਧਰ ਵਿੱਚ ਗੰਨਾ ਕਾਸ਼ਤਕਾਰਾਂ ਦੀ ਅਗਵਾਈ ਕਰ ਕਰ ਸੜਕੀ ਅਤੇ ਰੇਲ ਮਾਰਗ ਰੋਕਿਆ ਹੋਇਆ ਹੈ ਸੜਕੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਕਰੀਬ 60 ਗੱਡੀਆਂ ਨੂੰ ਵੀ ਰੇਲ ਮਾਰਗਾਂ ਤੋਂ ਬਦਲਵੇਂ ਰੂਟਾਂ ਤੇ ਪਾਉਣਾ ਪੈਂਦਾ ਹੈ ਅੱਜ ਮੀਟਿੰਗ ਮਗਰੋਂ ਦੁਬਾਰਾ ਕਿਸਾਨ ਜੁਨੀਅਨ ਨੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਜਲੰਧਰ ਦਾ ਧਰਨਾ ਨਿਰੰਤਰ ਜਾਰੀ ਰਹੇਗਾ ਅਤੇ ਸਰਕਾਰ ਨੇ ਗੰਨੇ ਦਾ ਭਾਅ ਨਾ ਵਧਾਇਆ ਤਾਂ ਸੰਘਰਸ਼ ਨੂੰ ਪੂਰੇ ਪੰਜਾਬ ਵਿੱਚ ਲਜਾਇਆ ਜਾਵੇਗਾ ਸਕਾਰਤਾ ਮੰਤਰੀ ਨਾਲ ਮੀਟਿੰਗ ਵਿੱਚ ਮਨਜੀਤ ਸਿੰਘ ਰਾਏ ਨੇ ਪੰਜਾਬ ਸਰਕਾਰ ਦੇ ਪੁਰਾਣੇ ਵਾਅਦੇ ਚੇਤੇ ਕਰਾਈ ਅਤੇ ਸਰਕਾਰ ਵਿਵਹਾਰ ਨੂੰ ਲੈ ਕੇ ਗੀਲਾ ਜाहिर ਕੀਤਾ ਉਹਨਾਂ ਮੀਟਿੰਗ ਵਿੱਚ ਕਿਹਾ ਕਿ ਸਰਕਾਰ ਨੇ 2017 ਵਿੱਚ ਵਾਅਦਾ ਕੀਤਾ ਸੀ ਕਿ ਹਰ ਬਰੇ ਗੰਨੇ ਦਾ ਭਾਅ ਵਧੇਗਾ ਅਤੇ ਮੁੱਖ ਮੰਤਰੀ ਨੇ 29 ਸਤੰਬਰ 2020 ਨੂੰ ਵਾਅਦਾ ਕੀਤਾ ਕਿ ਹਫ਼ਤੇ ਵਿੱਚ ਗੰਨੇ ਦਾ ਭਾਅ ਐਲਾਨ ਕਰ ਦਿੱਤਾ ਜਾਵੇਗਾ ਪਰ 4 ਸਾਲ ਮਗਰੋਂ ਹੁਣ ਗੰਨੇ ਦਾ ਭਾਅ ਸਿਰਫ 25 ਰੁਪਏ ਵਧਾਇਆ ਗਿਆ ਜੋ ਗੰਨਾ ਕਾਸ਼ਤਕਾਰਾਂ ਨਾਲ ਬੇਇਨਸਾਫੀ ਹੈ ਬੀਕੇਯੂ ਰਾਜੇਵਾਲ ਦੇ ਬਲਵੀਰ ਸਿੰਘ ਰਾਜੇਵਾਲ ਨੇ ਮੀਟਿੰਗ ਵਿੱਚ ਕਿਹਾ ਕਿ ਗੰਨੇ ਦਾ ਲਾਗਤ ਮੁੱਲ 392 ਰੁਪਏ ਬਣਦਾ ਹੈ ਅਤੇ ਸਰਕਾਰ ਨੂੰ 400 ਰੁਪਏ ਪ੍ਰਤੀ ਕਵਾਂਟਲ ਦਾ ਭਾਅ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਲਾਗਤ ਮੁੱਲ ਤੇ ਲਿਹਾਜ਼ ਨਾਲ ਭਾਅ ਦਿੱਤਾ ਜਾਵੇ ਅਤੇ ਕਾਸ਼ਤਕਾਰਾਂ ਨੇ ਬਕਾਏ ਵੀ ਜਾਰੀ ਕੀਤੇ ਜਾਣ। ਮੀਟਿੰਗ ਵਿੱਚ ਬੀਕੇਯੂ ਇਕਤਾ ਦੇ ਜਗਜੀਤ ਸਿੰਘ ਡੱਲੇਵਾਲ ਜਮਹੂਰੀ ਕਿਸਾਨ ਸਭਾ ਦੇ ਕੁਲਵੰਤ ਸੰਧੂ ਹਰਮੀਤ ਕਾਦੀਆ ਅਤੇ ਹਰਿੰਦਰ ਲਖੋਵਾਲ ਆਦ ਵੀ ਸਨ ਗੰਨਾ ਮਾਹਰ ਡਾਕਟਰ ਗੁਲਜ਼ਾਰ ਸਿੰਘ ਨੇ ਮੀਟਿੰਗ ਵਿੱਚ ਰਿਪੋਰਟ ਪੇਸ਼ ਕੀਤੀ ਕਿ ਗੰਨੇ ਦਾ ਭਾਅ ਮੁੱਲ 350 ਰੁਪਏ ਹੈ ਸਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਗੰਨੇ ਦੇ ਬਕਾਇਆ 15 ਦਿਨਾਂ ਵਿੱਚ ਕਿਸਾਨਾਂ ਨੂੰ ਮਿਲ ਜਾਣਗੇ ਰੰਧਾਵਾ ਨੇ ਮੀਟਿੰਗ ਮਗਰੋਂ ਕਿਹਾ ਕਿ ਕਿਸਾਨ ਆਗੂਆਂ ਨਾਲ ਖੁੱਲ੍ਹ ਕੇ ਗੱਲਬਾਤ ਹੋਈ ਹੈ ਅਤੇ ਹਰ ਪਹਿਲੂ ਤੇ ਵਿਚਾਰ ਚਰਚਾ ਹੋਈ ਹੈ ਉਹਨਾਂ ਨੇ ਕਿਹਾ ਕਿ ਮੰਗਲਵਾਰ ਨੂੰ ਦੁਬਾਰਾ ਮੀਟਿੰਗ ਹੋਵੇਗੀ ਜਿਸ ਵਿੱਚ ਆਖਰੀ ਸਹਿਮਤੀ ਬਣਾਈ ਜਾਵੇਗੀ ਕਿਸਾਨ ਆਗੂਆਂ ਨੇ ਮੀਟਿੰਗ ਵਿੱਚ ਜाहिर ਕੀਤਾ ਕਿ ਗੰਨੇ ਦਾ ਭਾਅ ਤੈਅ ਕਰਨ ਬਾਰੇ ਸਰਕਾਰ ਤਰਫੋਂ ਜੋ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ ਉਹਨਾਂ 'ਚ ਪ੍ਰਾਈਵੇਟ ਗੰਨਾ ਮਾਲਕਾਂ ਨੂੰ ਤਾਂ ਸ਼ਾਮਲ ਕਰ ਲਿਆ ਜਾਂਦਾ ਹੈ ਪਰ ਗੰਨਾ ਕਾਸ਼ਤਕਾਰਾਂ ਦੇ ਨੁਮਾਇੰਦੇ ਸ਼ਾਮਲ ਨਹੀਂ ਕੀਤੇ ਜਾਂਦੇ ਆਗੂਆਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਨਿਆਂ ਕੀਤਾ ਜਾਵੇ ਅੱਜ ਦੀ ਮੀਟਿੰਗ ਵਿੱਚ ਵਿਧਾਇਕ ਰਾਣਾ ਗੁਰਜੀਤ ਸਿੰਘ ਤੋਂ ਇਲਾਵਾ ਖੇਤੀ ਮੈਹਿਕਮੇ ਦੇ ਅਧਿਕਾਰੀ ਵੀ ਮੌਜੂਦ ਸਨ ਸੋ ਇਸ ਨਿਊਜ਼ ਦੇ ਵਿੱਚ ਆਪਾਂ ਕਨਕਲੂਜ਼ਨ ਇਹੀ ਕੱਢ ਸਕਦੇ ਹਾਂ ਵੀ ਗੰਨੇ ਦੇ ਭਾਅ ਨੂੰ ਲੈ ਕੇ ਮੀਟਿੰਗਸ ਹੋ ਰਹੀਆਂ ਨੇ ਬਟ ਉਹਨਾਂ ਦੇ ਵਿੱਚ ਕੋਈ ਪ੍ਰੋਪਰਲੀ ਡਿਸੀਜਨ ਨਹੀਂ ਹੋ ਰਿਹਾ ਤਾਂ ਕਿਸਾਨਾਂ ਨੇ ਹੁਣ ਇਹ ਫੈਸਲਾ ਕੀਤਾ ਵੀ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਕੱਲ ਨੂੰ ਮੰਗਲਵਾਰ ਜੋ ਮੀਟਿੰਗ ਹੈ ਜੇ ਉਹ ਸਰਕਾਰ ਉਹਨਾਂ ਨਾਲ ਮੀਟਿੰਗ ਨਹੀਂ ਕਰਦੀ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਤਿੱਖਾ ਸੰਘਰਸ਼ ਕਰਨਗੇ ਪੰਜਾਬ ਬੰਦ ਕਰਨਗੇ ਤੇ ਹੋਰ ਵੀ ਜਿਵੇਂ ਟੋਲ ਪਲਾਜ਼ਾ ਵਰਗੀਆਂ ਜਾਂ ਹੋਰ ਜਿਹੜੀਆਂ ਸਰਕਾਰੀ ਚੀਜ਼ਾਂ ਨੇ ਉਹਨਾਂ ਨੂੰ ਰੋਕਣਗੇ ਆਵਾਜਾਈ ਦੇ ਵਿੱਚ ਵੀ ਠੱਪ ਹੋਏਗੀ ਆਵਾਜਾਈ ਠੱਪ ਹੋਊਗੀ ਕਿਉਂਕਿ ਜਲੰਧਰ ਦੇ ਵਿੱਚ ਤਾਂ ਲਗਾਤਾਰ ਹੀ ਚੱਲ ਰਿਹਾ ਧਰਨਾ ਸੋ ਇਹ ਨਿਊਜ਼ ਸੀਗੀ ਕਿਸਾਨਾਂ ਦੀ ਗੰਨੇ ਦੀ ਕੀਮਤ ਨੂੰ ਲੈ ਕੇ ਲੱਗਦਾ ਹੈ ਵੀ ਕਿਸਾਨਾਂ ਦੀ ਜਿਹੜੀ ਮੰਗ ਹੈ ਕਿਤੇ ਨਾ ਕਿਤੇ ਪੂਰੀ ਕਰਨੀ ਚਾਹੀਦੀ ਹੈ ਸਰਕਾਰ ਨੂੰ ਕਿਉਂਕਿ ਕਿਸਾਨੀ ਜੀਵਨ ਦੇ ਨਾਲ ਹੀ ਚੀਜ਼ਾਂ ਬਹੁਤ ਪ੍ਰਭਾਵਿਤ ਕਰਦੀਆਂ ਹਰ ਹਰ ਵਰਗ ਨੂੰ ਸੋ ਇਸੇ ਤਰ੍ਹਾਂ ਕੋਈ ਵੀ ਅਪਡੇਟ ਆਉਂਦੀ ਆਪਾਂ ਨਿਊਜ਼ ਦੀ ਤੁਹਾਡੇ ਨਾਲ ਡਿਸਕਸ ਕਰਦੇ ਰਵਾਂਗੇ ਸੋ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਜਿਹੜੀਆਂ ਤੁਹਾਡੇ ਤੱਕ ਜਿਹੜੀਆਂ ਨਿਊਜ਼ ਅਪਡੇਟ ਜਿਹੜੀ ਪਹੁੰਚਦੀ ਰਵੇ ਸੋ ਥੈਂਕਸ